ਤੁਸੀਂ ਇੱਕ ਗੱਲ ਸਮਝੋ ਕਿ ਇੱਥੇ ਇੱਥੇ ਕੋਈ ਨੀਂਦਰੀ ਕਰ ਰਹੀ ਹੈ ਮੈਂ ਕਿਹਾ ਇਹਨੂੰ ਕਰਨ ਦਿੱਤੀ ਤੁਸੀਂ ਇਕੱਠੇ ਹੋ ਮੈਨੂੰ ਦੇ ਤੇ ਮੈਂ ਇਹ ਪਹੁੰਚਾਉਣਾ ਜਿੰਨੀ ਮੈਂ ਮਦਦ ਕਰ ਸਕੂੰਗਾ ਕਰੂੰਗਾ ਤੇ ਇੱਕ ਗੱਲ ਯਾਦ ਰੱਖਿਓ ਇਹ ਤਾਕਤ ਸਹੀ ਹੱਥਾਂ ਦੇ ਵਿੱਚ ਜਾਣੀ ਚਾਹੀਦੀ ਹੈ ਜੀ ਸਰ ਕਿਉਂਕਿ ਜੇ ਪੰਜਾਬ ਦੇ ਹੱਕਾਂ ਤੇ ਐਸਪੀ ਸਹੀ ਪਹਿਰਾ ਨਾ ਦਿੱਤਾ ਤੇ ਫੇਰ ਇਹ ਰਹਿਣ ਜੋ ਮੈਂ ਮੈਂ ਦੁਪਹਿਰੀ ਇੱਕ ਵਜੇ ਜਾਣਾ ਬਾਰਾਂ ਵਜੇ ਪਹਿਲਾਂ ਪਹਿਲਾਂ ਮੇਰੇ ਕੋਲ ਚਿੱਠੀ ਆ ਗਈ ਤੁਹਾਡੀ ਚਿੱਠੀ ਲੈ ਕੇ ਤੇ ਇਸ ਕਰਕੇ ਹੁਣ ਜੂਸ ਜਾਸ ਪੀਓ ਇਹ ਤਾਲਾ ਖੋਲੋ ਯਾਰ ਟੁੱਟ ਗਈਆਂ ਨੇ ਜੰਜੀਰਾਂ ਤਾਲੇ ਖੁੱਲ ਜਾਣਗੇ ਜਿਹੜੇ ਆਮ ਪੰਜਾਬ ਦੇ ਵਸਨੀਕਾਂ ਨਾਲ ਟਕਰਾਉਣਗੇ ਪੱਖਾਂ ਵਾਂਗ ਖੁੱਲ ਜਾਣਗੇ ਵਾਲਾ ਸਾਹਿਬ ਜੀ ਕਿੱਦਾਂ ਤੁਸੀਂ ਆਪ ਖੁੱਲ੍ਹ ਗਏ।